आर खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। तस्वीरां जलंधर नाल लगदे सतलुज दरिया दीआं ने जिथे जलंधर की देहाती पुलिस ने एक वड्डी सफलता हासिल करदिआं सतलुज दरिया दे विचों देसी शराब के ड्रम फड़े ने। दस दिए कि 50,000 लीटर मात्रा च इन्हां ड्रमां दे विचों नजायज देसी शराब बरामद की गई है। जानकारी मुताबक शराब तस्कर सतलुज दरिया के कंडे भट्ठियां लगा के देसी शराब बनाउण दा काम करदे सन ते पाइपां राहीं दरिया तो एक जगह तो दूजी जगह ते शराब नूं भेजदे सन। ਜੀ ਸਵੇਰੇ ਮਾਨਯੋਗ SSP ਸਾਹਿਬ ਜਿੰਦਰ ਜੀ ਹਦਾਇਤਾਂ ਦੇ ਮੁਤਾਬਕ ਸਾਹਿਬ ਨਵਜੋਤ ਸਿੰਘ ਬਾਲ ਜੀ ਹਦਾਇਤਾਂ ਦੇ ਮੁਤਾਬਕ ਅੱਜ ਸਵੇਰ ਦੇ 5 ਵਜੇ ਤੋਂ ਅਸੀਂ ਜਿਹੜਾ ਓਪਰੇਸ਼ਨ ਚਲਾ ਰਹੇ ਹਾਂ ਸ਼ਰਾਬ ਦੇ ਅਗੇਂਸਟ ਉਹਦੇ 'ਚ ਹੁਣ ਤੱਕ ਅਸੀਂ ਕੋਈ 24-25 ਦੀਆਂ ਚੱਲਦੀਆਂ ਭੱਟੀਆਂ ਫੜੀਆਂ ਨੇ ਅਤੇ ਲਾਣ ਫੜੀ ਹੈ ਅਤੇ ਦੇਸੀ ਦਾਰੂ ਤਿਆਰ ਕੀਤੀ ਫੜੀ ਹੈ। ਇੱਕ ਬੰਦਾ ਗ੍ਰਿਫਤਾਰ ਕੀਤਾ, ਬਾਕੀ 22 ਨੇਮ ਸਾਨੂੰ ਪਤਾ ਲੱਗ ਗਿਆ ਕਿਹੜੇ ਕਿਹੜੇ ਨੇ। ਅਸੀਂ 22 ਨੇਮ ਦੇ ਪਤਾ ਦੇ ਸ਼ਰਾਬ ਕੋਈ 500 ਲੀਟਰ ਜਿਹੜੀ ਤਿਆਰ ਦਾਰੂ ਉਹ ਫੜੀ ਹੈ ਅਤੇ ਕੋਈ 50,000 ਦੇ ਲੀਟਰ ਆਪਣੀ ਕਿਲੋਗ੍ਰਾਮ ਜਿਹੜੀ ਲਾਣ ਹੈ ਜਿਹੜੀ ਜਿਹਤੋਂ ਤਿਆਰ ਸ਼ਰਾਬ ਤਿਆਰ ਹੁੰਦੀ ਆ ਉਹ ਲਾਣ ਹੀ ਬਰਾਮਦ ਕੀਤੀ ਹੈ ਜੀ। ਇਹ ਟਿਊਬਾਂ ਦੇ ਰਾਹੀਂ ਜਾਂਦੇ ਤਕਰੀਬਨ ਟਿਊਬ ਦੇ ਚੜ੍ਹ ਜਾਂਦੇ ਨੇ, ਇਹਨਾਂ ਨੂੰ ਤੈਰਨਾ ਆਉਂਦਾ ਹੈ ਅਤੇ ਤੈਰ ਕੇ ਅੰਦਰ ਚਲ ਜਾਂਦੇ ਆ। ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਇਹਨੂੰ ਜਲਦੀ ਅਰੈਸਟ ਕੀਤਾ ਜਾਊਗਾ। ਇੱਕ ਬੰਦਾ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਕੀ ਜਿਹੜੇ 22 ਨੇਮ ਸਾਨੂੰ ਪਤਾ ਲੱਗ ਗਿਆ ਕਿਹੜੇ ਕਿਹੜੇ ਨੇ, ਉਹਨਾਂ ਦੇ 22 ਨੇ ਮੁਕੱਦਮਾ ਦਰਜ ਕਰ ਦਿੱਤਾ ਅਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਨਜਾਇਜ਼ ਸ਼ਰਾਬ ਦੇ ਧੰਦੇ ਰੋਕਣ ਲਈ ਮੁਸਤੈਦ ਹੋਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਇਸ ਦੇ ਨਾਲ ਹੀ ਜਿਸ ਇਲਾਕੇ 'ਚੋਂ ਨਜਾਇਜ਼ ਸ਼ਰਾਬ ਮਿਲੇਗੀ ਅਤੇ ਉਸ ਇਲਾਕੇ ਦੇ SHO ਅਤੇ DSP ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ। ਇਹ ਵੀ ਆਦੇਸ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਸਨ ਅਤੇ ਹੁਣ ਪੰਜਾਬ ਪੁਲਿਸ ਇਹਨਾਂ ਆਦੇਸ਼ਾਂ ਤੋਂ ਬਾਅਦ ਨਜਾਇਜ਼ ਸ਼ਰਾਬ ਦੇ ਧੰਦੇ ਦੇ ਖਿਲਾਫ਼ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ TV।